ਅਸਲਾਮ ਅਲੈਕੁਮ ਭਰਾਵੋ, ਤੁਹਾਡੇ ਨਾਲ ਮੌਜੂਦ ਹੈ ਸ਼ਾਹਜ਼ੇਬ ਇਰਸ਼ਾਦ ਬੁੱਟਾ, ਅਤੇ ਅੱਜ ਇੱਕ ਨਵੀਂ ਵੀਡੀਓ ਦੇ ਨਾਲ। ਅਤੇ ਅੱਜ ਅਸਾਂ ਮੌਜੂਦ ਹੈ ਇੱਕ ਟਨਲ ਦੇ ਵਿੱਚ, ਜਿਹਦੇ ਵਿੱਚ ਅਸਾਂ ਕਾਸ਼ਤ ਕੀਤੀ ਖੜੇ ਹੈ ਟਮਾਟਰ। ਅਤੇ ਇਹ ਭਾਈ ਸਾਡੇ ਨਾਲ ਨੇ, ਦੱਸ ਅਸੀਂ ਕਿ ਤਕਰੀਬਨ ਇਸ ਟਨਲ ਦਾ ਫਾਇਦਾ ਕਿਆ ਹੈ, ਤਕਰੀਬਨ ਕਿੰਨਾ ਪ੍ਰੋਡਕਸ਼ਨ ਆਵੇਂਦੀ ਹੈ, ਅਤੇ ਇਹ ਕੀੜੇ ਦੀ ਕਿਵੇਂ ਕੰਟਰੋਲ ਕਰਦੇ ਨੇ ਕੀੜੇ ਕੋ, ਨਾਲ ਨਾਲ ਟੁਰਦੇ ਜੁਲਦੂ ਦੇਖਦੇ ਹਾਂ ਨੂੰ ਕਿਵੇਂ ਫਲ ਲੱਗੇ ਪੈਣ। ਅੱਛਾ, ਅੱਧਾ ਤੁਹਾਡਾ ਨਾਂ ਕਿਆ ਹੈ? ਅਹਿਮਦ ਅਰਸ਼ਦ। ਕਿੱਥੋਂ ਕਰੋ ਅਰਸ਼ਦ? ਕਿਹੜੇ ਇਲਾਕੇ ਤੋਂ? ਮਤਲਬ ਮੁਜ਼ੱਫਰਗੜ੍ਹ ਕੋਲ। ਅੱਛਾ, ਕਰਨ ਕਿੰਨਾ ਅਰਸਾ ਤੇ ਗਏ ਇੱਥੇ ਕੰਮ ਕਰਨ? ਤਕਰੀਬਨ ਮੇਰੇ 2 ਸਾਲ ਤੇ ਗਏ। ਅੱਛਾ, ਇਹ ਕਰਨ ਲਾਇਆ ਤੁਸੀਂ ਪੌਦਾ? 12ਵੇਂ ਮਹੀਨੇ ਚ। 12ਵੇਂ ਮਹੀਨੇ ਲਾਇਆ। ਤਕਰੀਬਨ ਕਿੰਨੀ ਤੁਹਾਡੀ ਪ੍ਰੋਡਕਸ਼ਨ ਆ ਵੈਂਦੀ ਹੈ? ਇੱਕ ਪੌਦੇ ਤੋਂ ਤੇ ਕਮ ਅਸ ਕਮ 30 ਤੋਂ 35 ਕਿਲੋ। ਅੱਛਾ ਜੀ, ਮਤਲਬ ਅਗਰ ਇੱਕ ਪੌਦਾ ਹੈ ਤੁਹਾਡਾ, ਉਹਨੇ ਚ ਤਕਰੀਬਨ ਮਾਣ ਦੇ ਕਰੀਬ ਕਰੀਬ ਪੂਰਾ ਕਰੀਬ ਕਰੀਬ, ਮਕਸਦ ਅਗਰ ਕੋਈ ਫੁੱਲ ਜ਼ਾਇ ਨਾ ਥੀਵੇ ਤਾਂ। ਸਹੀ ਸਹੀ ਜੀ, ਬਾਜ਼ ਦਫਾ ਫੁੱਲ ਹੀ ਡਾਂਦੇ ਹੋ ਸਨ? ਫੁੱਲ ਡਾਵੇ ਨਾ, ਉਹ ਜ਼ਾਇ ਹੀ ਥੀਵੇ ਨਾ, ਕਿ ਉਹ ਤੁਹਾਡੇ ਜਰਾ ਪਾਣੀ ਡਾਂਦੇ ਨਾ ਫੁੱਲ ਉੱਤੇ। ਸਹੀ ਸਹੀ, ਉਹ ਜ਼ਾਇ ਥੀਵੇ, ਹੁਣ ਪਾਣੀ ਤਾਂ ਕਹਿ ਨਹੀਂ ਫਿਲਹਾਲ। ਸਹੀ ਸਹੀ ਸਹੀ, ਫੁੱਲ ਸਰਦੀਆਂ ਕੋ। ਅੱਛਾ, ਮਕਸਦ ਇਹ ਕੋ ਦਵਾਈਆਂ ਵੀ। ਅੱਛਾ, ਕੀੜੇ ਦਾ ਹਮਲਾ ਵਗੈਰਾ ਹੁੰਦਾ ਹੀ ਨਾ ਉੱਤੇ? ਜੀ ਆ, ਕੀੜੇ ਤਾਂ ਹੁੰਦੇ ਨਾ, ਇਹ ਕੀਤੀ ਤੋਂ ਨਾ ਹਮਲਾ। ਅੱਛਾ, ਇਹ ਤਕਰੀਬਨ ਕਿੰਨੇ ਰਕਬੇ ਦੇ ਉੱਤੇ ਟਨਲ ਤੁਸੀਂ ਬਣਾਈਏ, ਤੇ ਤਕਰੀਬਨ ਤੁਹਾਡੇ ਮੁਤਾਬਿਕ ਕਿੰਨਾ ਖਰਚਾ ਥੀ ਵੰਦੇ ਅਗਰ ਇੱਕ ਕੋਈ ਬੰਦਾ ਕਰਨ ਚਾਵੇ ਤਾਂ? ਇਹ ਕਰਨ ਚਾਹ ਦਾ ਕਮ ਅਸਾਂ ਮੈਂ ਦਊਂਗਾ ਸੰਗ, ਇਹ 315 ਫੁੱਟ ਦੀ ਲੰਬਾਈ ਹੈ। 315 ਫੁੱਟ ਦੀ ਲੰਬਾਈ ਹੈ, ਇਹਦੇ ਵਿੱਚ ਕਮ ਅਸ ਕਮ 3000 ਬੀਜ ਲੱਗ ਸੀ। 3000 ਬੀਜ, ਮਤਲਬ ਬੀਜ ਪੌਦਾ? ਜੀ ਆ, ਠੀਕ ਹੋ ਗਿਆ। 3000 ਬੀਜ ਲੱਗ ਸੀ ਇਹਦੇ ਵਿੱਚ, ਠੀਕ ਹੈ। ਮਕਸਦ ਇਹ ਅਗਰ ਇਤਨੇ 2 ਫੁੱਟ ਤੇ ਵਕਫੇ ਤੇ ਲੈ ਸੋ ਨਾ। ਸਹੀ ਸਹੀ, ਮਤਲਬ ਕਮ ਅਸ ਕਮ ਥੋੜਾ ਲੱਗ ਸੀ 2000 ਤੋਂ 2000, ਅਗਰ ਉਹਨੂੰ ਬਿਲਕੁਲ ਘਾਟਾ ਕਰੇ ਸੋ ਵੱਲ ਜ਼ਿਆਦਾ ਲੱਗ ਰਹੇ ਸੀ, ਕਿਉਂਕਿ ਕਮ ਅਸ ਕਮ 2 ਫੁੱਟ ਦਾ ਇਹਦਾ ਵਾਇਆ ਹੋਵੇ, ਹਵਾ ਕਰਾਸ ਥੀਵੇ। ਸਹੀ ਸਹੀ, ਠੀਕ ਹੈ। ਜਦੋਂ ਮੇਰੀ ਹਵਾ ਕਰਾਸ ਥੀ ਸੀ ਨਾ, ਕੋਈ ਮਸਲਾ ਕਹਿਣਾ ਥੀ ਸੀ। ਸਹੀ ਸਹੀ, ਉਹਦੇ ਕੋ ਵੀ ਫਾਇਦੇ ਨਾਲ ਫਲ ਕੋ ਵੀ ਫਾਇਦਾ। ਸਹੀ ਸਹੀ ਸਹੀ। ਅੱਛਾ, ਤੱਕ ਉਹਦਾ ਕਿੰਨਾ ਤਕਰੀਬਨ ਤੱਕ ਦੱਸਣਾ ਪਿਆ? ਤੱਕ 5 ਸਾਲ ਥੀ ਗਏ ਨੇ ਕੰਮ ਕਰਨੇ ਹੋਵੇ ਜੀ। ਆ, ਤੇ ਅੱਛਾ 2 ਸਾਲ ਥੀ ਗਏ, ਸੌਰੀ। ਤਕਰੀਬਨ ਅੰਦਾਜ਼ਨ ਹੁਣ ਇੱਕ ਬੰਦੇ ਨੇ ਕਿੰਨੀ ਇਨਵੈਸਟਮੈਂਟ ਕੀਤੀ ਹੋਸੇ? ਹੁਣ 3000 ਪੌਦਾ ਅਸਾਂ ਲਾ ਦਿੱਤੇ, ਤੇ ਇੱਕ ਪੌਦਾ ਅਗਰ ਦਿੰਦੇ 35 ਨੂੰ 40 ਮਨ, ਸ਼ਰਤ ਹੈ ਕਿ ਫੁੱਲ ਨਾ ਡਾਵੇ। 30 ਕਿਲੋ ਜੀ ਆ, ਸੌਰੀ, 35 ਤੋਂ 30 ਕਿਲੋ। ਮੈਂ ਕੋ ਤਰ੍ਹਾਂ ਭੁੱਲ ਗਿਆ, ਕਾਫੀ ਗਰਮੀ ਹੈ ਥਗੜ। ਅੱਛਾ, ਇਹਨਾਂ ਤੇ ਮੈਂ ਖਰਚਾ ਕਿੰਨਾ ਥਿਆ ਹੋਸੀ? ਇਹ ਰੱਸੀ ਕਿਤੋਂ ਕੀਤੀ ਹੈ? ਇਹ ਹਰੀਪੁਰ ਤੋਂ। ਹਰੀਪੁਰ ਤੋਂ, ਮਤਲਬ ਰੱਸੀ ਦਾ ਖਰਚਾ, ਪੌਦੇ ਦਾ ਖਰਚਾ ਤਕਰੀਬਨ ਕਿੰਨਾ ਥੀ ਵੰਦੇ? ਟੋਟਲ ਮੁਕੰਮਲ ਮਕਸਦ ਹੈ, ਬੀਜ, ਖਾਦ, ਪਾਣੀ, ਪੋਟਾਸ਼, ਸਾਰਾ ਮੁਕੰਮਲ। ਇਹ ਹੁਣ ਮਕਸਦ ਹੈ, ਲੱਖ ਤੋਂ ਟੱਪ ਗਿਆ ਉਸ। ਮਤਲਬ ਹੀ 315 ਫੀਟ ਲੰਬਾਈ? ਜੀ ਜੀ। ਤੇ ਚੌੜਾਈ ਕਿੰਨੀ ਹੈ ਦੀ? ਚੌੜਾਈ ਦੀ 3 ਫੁੱਟ ਹੈ। ਮਤਲਬ ਖਾਲੀ ਇਹਨਾਂ ਮੈਂ ਗੱਲ ਕਰਨਾ ਪਿਆ ਕਿ ਇਹ ਅਗਰ ਬੰਦਾ ਪੂਰਾ ਸੈਟਅਪ ਲਾਉਣਾ ਚਾਹੇ, ਪੂਰਾ ਸੈਟਅਪ ਲਾਉਣਾ ਚਾਹੇ, ਕਮ ਅਸ ਕਮ ਥੋੜਾ 60,000 ਦਾ ਇੱਕ ਸ਼ੈਡ ਮਿਲ ਸੀ ਤੁਹਾਨੂੰ। ਉਹ ਇੱਕ ਸ਼ੈਡ ਇਹ ਹੈਵੇ, ਇਹ ਪਿੱਛੇ ਤੋਂ ਜੁਲੋ ਨਾ, ਇਹ 3 ਸ਼ੈਡ ਹਨ ਇਟਮ। ਅੱਛਾ, ਇਸ ਮਤਲਬ ਕਿ ਇਹ 3 ਸ਼ੈਡ ਇਕੱਠੇ ਜੁਆਇੰਟ ਹਨ? ਇਹ ਪਹਿਲਾ ਸ਼ੈਡ ਇਹ ਖਤਮ ਕਰਨਾ ਹੈ, ਇਹ ਖਤਮ ਹੋ ਗਿਆ। ਠੀਕ ਠੀਕ, ਮਤਲਬ ਇੱਕ ਸ਼ੈਡ ਤੁਹਾਡਾ 1,00,000 ਰੁਪਏ ਤਕਰੀਬਨ। ਇਹਦੇ ਵਿੱਚ ਕਿੰਨਾ ਬੰਬੂ ਆ ਰਹੇ ਨੇ? ਤਕਰੀਬਨ ਕਮ ਅਸ ਕਮ ਪੌਦੇ ਇਹਦੇ ਵਿੱਚ ਆਵੇ ਸਨ 1,200 1,200 ਬੀਜ, ਉਹ ਤੋਂ ਵੱਧ ਵੀ ਸਕਦੇ ਨੇ, 1,500 ਵੀ ਥੀ ਸਕਦੇ। ਸਹੀ, ਮਾਸ਼ਾਅੱਲਾ, ਪੌਦੇ ਤੁਹਾਡੇ ਕਾਫੀ ਸਿਹਤਮੰਦ ਹਨ। ਅੱਛਾ, ਚੰਗਾ ਮੈਨੇਜ ਕੀਤੀ ਪਿਆ ਤੁਸੀਂ ਉਹਦਾ? ਜੀ ਅਸੀਂ, ਠੀਕ ਹੈ। ਆਹ ਪਰਲੀ ਸਾਈਡ 'ਤੇ ਵੀ ਦੇ ਦੇਣਾ, ਉੱਥਾਂ ਕਰਕੇ ਹਿਸਾਬ ਹੈ। ਨਾ ਮੇਰੇ ਕੋਲ ਭੁੱਲ ਗਿਆ ਯਾਰ ਤੇਰਾ, ਮੁਹੰਮਦ ਅਰਸ਼ਦ। ਅਰਸ਼ਦ ਵੀਰਾ, ਠੀਕ ਹੋ ਗਿਆ। ਤਕਰੀਬਨ ਸਾਡੇ ਚੈਨਲ 'ਤੇ ਕਾਫੀ ਲੋਕ ਹਨ, ਸਵਾਲ ਪੁੱਛਦੇ ਨਾ ਟਮਾਟਰ ਦੇ ਬਾਰੇ ਨਾਲ, ਕਿਹੜੀ ਵਰਾਇਟੀ ਲਓ। ਮਾਸ਼ਾਅੱਲਾ, ਤਾਂ ਫਲ ਵੀ ਲੱਗਿਆ ਪਏ। ਜੀ ਜੀ, ਇਹ ਫਲ ਹੈ, ਇਹ ਦੇਖੋ ਨਾ। ਸਹੀ, ਜ਼ਬਰਦਸਤ, ਠੀਕ ਹੋ ਗਿਆ। ਕਿਉਂਕਿ ਅਕਸਰ ਸਾਡੇ ਕਿਸਾਨ ਵੀ ਰਹਿਣਾ ਜਿਹੜੇ ਖਾਹਿਸ਼ ਮੰਨਦੇ ਨੇ ਕਿ ਉਹ ਅਧਨ ਅਸਾਂ ਲਾਵਣ ਚਾਹੁੰਦੇ। ਕਾਫੀ ਲੰਬਾ ਫਲ ਹੈ ਮਾਸ਼ਾਅੱਲਾ, ਹੈ ਬਿਲਕੁਲ ਪੂਰਾ ਮਕਸਦ ਹੈ ਕਿ। ਲੇਕਿਨ ਹੁਣ ਮਾਰਕੀਟ ਦੇ ਵਿੱਚ ਤਾਂ ਤਕਰੀਬਨ ਟਮਾਟਰ ਦੀ ਪਹਿਲੇ ਬੜੀ ਜ਼ਿਆਦਾ ਕੀਮਤ ਸੀ, ਹੁਣ ਤਾਂ ਕੀਮਤ ਕਾਫੀ ਡਹਿ ਗਈ ਹੈ। ਸਪਰੇਅ ਕਿਵੇਂ ਕਰਨੇ ਹੋ ਤੁਸੀਂ ਉਹਦੇ? ਇੱਕ ਹਫ਼ਤੇ 2 ਸਪਰੇਆਂ, ਕੀੜਾਂ ਦੀ ਜਾਂ ਬਿਮਾਰੀ ਦੀ? ਬਿਮਾਰੀ ਤੋਂ ਬਚਾਉਣ ਵਾਸਤੇ। ਸਹੀ, ਹੁਣ ਮਕਸਦ ਨਹੀਂ ਕੋਈ ਬਿਮਾਰੀ ਕੋਈ ਕਹਿ ਨਹੀਂ ਨਾ, ਠੀਕ ਹੈ। 2 ਸਪਰੇਵਾਂ ਲਾਜ਼ਮੀ ਕਰ ਛੋੜੇ ਸੋ, ਤਾਂ ਕਿ 2 ਸਪਰੇਵਾਂ ਕਰੇ ਸੋ ਇਹਦੇ ਉੱਤੇ ਬਿਮਾਰੀ ਅਟੈਕ ਨਾ ਕਰੇ। ਠੀਕ ਠੀਕ ਠੀਕ। ਅੱਛਾ, ਅਗਰ ਕੋਈ ਬਿਮਾਰੀ ਹੈ ਤਾਂ ਬਲਾ ਇੱਕ ਬਿਮਾਰੀ ਦੀ, ਇੱਕ ਨਾਲ ਇਹਦੀ ਕੁਵਲ ਦੀ ਜਾਂ ਤਾਕਤ ਦੀ। ਅੱਛਾ, ਤਾਕਤ ਵਾਸਤੇ, ਠੀਕ ਹੋ ਗਿਆ। ਮਤਲਬ ਖੁਦ ਅੰਦਾਜ਼ੇ ਤੇ, ਕਿਉਂਕਿ ਤੇ ਉਹਦਾ ਕਾਫੀ ਅਰਸਾ ਦੀ ਗਿਆ ਕੰਮ ਕਰਨੇ ਹੋਏ, ਉਹ ਹਿਸਾਬ ਨਾਲ ਨਹੀਂ ਕੋ ਸਪਰੇ ਕੀ ਹੋਏ। ਬਲਾ ਮਾਰਕੀਟ ਕਿਵੇਂ ਸਪਲਾਈ ਕਰਨੇ ਹੋ? ਨਹੀਂ ਤੁਸੀਂ ਪੁਰਾਈ ਕਰੇ ਸੋਣਾ, ਠੀਕ ਹੈ। ਅਗੋ ਮੰਡੀ
ਮੰਡੀ ਵੰਤੇ ਦੇ ਅਸੀਂ ਸ਼ਾਪਰ ਭਰਦੇ 7 ਕਿਲੋ ਦਾ 8 ਕਿਲੋ ਦਾ 7 ਕਿਲੋ ਦਾ ਸ਼ਾਪਰ ਚੋਖੇ ਦੇ ਵੰਦੇ ਪਿਛਲੇ ਰੇਟ ਕਿਤਨਾ ਆ ਤਕਰੀਬਨ ਰੇਟ ਸ਼ੁਰੂ ਕੀ ਤਕਰੀਬਨ 70 ਰੁਪਏ 80 ਰੁਪਏ 100 ਰੁਪਏ ਕਿਲੋ ਹੈ ਅੱਛਾ ਜੀ ਜ਼ਬਰਦਸਤ ਹੁਣ ਤਾਂ ਕਾਫੀ ਇਲਾਕਿਆਂ 'ਚ ਟਮਾਟਰ ਦਾ ਰੇਟ ਘੱਟ ਠੀਕ ਹੈ ਨਾ ਉਹ ਘੱਟ ਠੀਕ ਹੈ ਬਸ ਉਹ ਹਿਸਾਬ ਨਾਲ ਅਸਾਂ ਵੀ ਇਹ ਕਿਵੇਂ ਦੇਖ ਲੈਣ ਕਿਹੜੇ ਕੱਪੜੇ ਕਾਲੇ ਨਾ ਨਾ ਕੱਪੜੇ ਨਹੀਂ ਇਹ ਸ਼ਾਪਰ ਹੈ ਤੱਲੇ ਵਾਲਾ ਮਲਚਿੰਗ ਬਹੁਤ ਖਤਮ ਇੱਥਾਂ ਤੁਸੀਂ ਖਤਮ ਕਰਦੇ ਪਹਿਲੇ ਹਾਂ ਇੱਥਾਂ ਕਰ ਕਿੱਥਾਂ ਇੱਥੇ ਮਲਚ ਵਗੈਰਾ ਨਾ ਇੱਥਾਂ ਪਹਿਲੇ ਕਹਿੰਦਾ ਮਲਚਿੰਗ ਆਈ ਉੱਥੇ ਖਰਬੂਜ਼ਾ ਹਾਂ ਤੱਲੇ ਠੀਕ 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 ਮੈਂ ਲੱਗਦਾ ਜਿਵੇਂ ਕੱਪੜੇ ਲਟਕੇ